ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾ ਪਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਦਰਸਾਇਆ ਹੈ ਕਿ ਕਾਲ ਦਾ ਅਰਥ ਮੁਸ਼ਕਤ ਨਹੀਂ ਪਰ ਸਵੈਰੀਅੰਸ ਯਾਨੇ ਲਗਾਤਾਰਤਾ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਸਿਮਰਨ ਮੁਸ਼ਕਤ ਨਹੀਂ ਹੈ ਇੱਕ ਖੁਨਕ ਹੈ ਠੰਡ ਪਾਂਦਾ ਹੈ ਕਾਲ ਦਾ ਅਰਥ ਮੁਸ਼ਕਲਤ ਨਹੀਂ ਪਰ ਸਵੈਰੀਅੰਸ ਯਾਨੀ ਲਗਾਤਾਰਤਾ ਹੈ ਪਰਸਵੈਰੀਅੰਸ ਤੇ ਜ਼ਿੱਦ ਜਾਂ ਹੱਠ ਵਿੱਚ ਫਰਕ ਹੁੰਦਾ ਹੈ ਜਿਹੜੇ ਸਿਮਰਨ ਨੂੰ ਮੁਸ਼ਕਲਤ ਸਮਝਦੇ ਹਨ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਨਹੀਂ ਸਮਝਦੇ ਸੰਗਤ ਵਿੱਚ ਜਾ ਕੇ ਇਹ ਗੱਲ ਸਮਝ ਆਉਂਦੀ ਹੈ ਇਹ ਨਾ ਸਮਝਣ ਨਾਲ ਆਦਮੀ ਮੁਸ਼ਕਲ ਵਿੱਚ ਪੈ ਜਾਂਦਾ ਹੈ ਇਹ ਪੁਰਸਲਾਤ ਹੈ ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਸਿਮਰਨ ਵਿੱਚ ਲੱਗ ਜਾਓ ਹਾਂਜੀ ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਹਨ ਤਾਂ ਸਿਮਰਨ ਵਿੱਚ ਲੱਗ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ